वर अच्छा जी ए, इलाज बिल गिजा की अहमियत के उत्तर जरा रोशनी पाया जाए कि इलाज बिल गिजा वो क्यों जरूरी है और ये इंसान की फायदा हो सकता है इंसान जदों ਅੱਲਾ ਨੇ ਇਨਸਾਨ ਸਾ ਪੈਦਾ ਕਰਨ ਦਾ ਇਰਾਦਾ ਬਣਾਇਆ ਸਭ ਤੋਂ ਪਹਿਲੇ ਇਨਸਾਨ ਦਾ ਰੋਟੀ ਕਪੜੇ ਮਕਾਨ ਦਾ ਹੀ ਬੰਦੋਬਸਤ ਕੀਤਾ ਪਹਿਲੋਂ ਜ਼ਮੀਨ ਦਾ ਰਹਿਣ ਦਾ ਜ਼ਮੀਨ ਬਣਾਈ ਉਹਦੇ ਤੇ ਫਿਰ ਬੰਦੇ ਦੇ ਖਾਣ ਪੀਣ ਵਾਸਤੇ ਹਵਾਨਾਤ ਨਵਾਤਾਂ ਜਮਾਦਾਂਤ ਪੈਦਾ ਕੀਤੇ ਆਖਰ ਤੇ ਜਾ ਕੇ ਫਿਰ ਇਨਸਾਨ ਨੂੰ حضرت ਆਦਮ علیہ ਸਲਮ ਨੂੰ ਬਣਾਇਆ ਯਾਨੀ ਉਹਦੀ ਖੁਰਾਕ ਦਾ ਜਿਹੜਾ ਰੋਟੀ ਕੱਪੜੇ ਦਾ ਨਾਰਾ ਲਾਉਂਦੇ ਰੋਟੀ ਕੱਪੜਾ ਮਕਾਨ ਦਾ ਇਹ ਤੇ ਅੱਲਾ ਮੀਆਂ ਨੇ ਖੁਦ ਬੰਦੋਬਸਤ ਕੀਤਾ ਹੋਇਆ ਔਰ ਗਿਜ਼ਾ ਇਨਸਾਨ ਦੀ ਖੁਰਾਕ ਜੰਮਦਾ ਹੈ ਮਾਂ ਦਾ ਦੁੱਧ ਪੀਂਦਾ ਹੈ ਵੱਡਾ ਹੁੰਦਾ ਹੈ ਫਿਰ ਗਾਂ ਮੱਝ ਦਾ ਦੁੱਧ ਪੀਂਦਾ ਹੈ ਯਾ ਕਾਇਨਾਤ ਦੀਆਂ ਦੂਸਰੀਆਂ ਚੀਜ਼ਾਂ ਨਬਾਤਾਂ ਦੇ ਵਿੱਚੋਂ ਫਲਾਂ ਦੇ ਵਿੱਚੋਂ ਅਨਾਜ ਦੇ ਵਿੱਚੋਂ ਖਾਂਦਾ ਹੈਗਾ ਯਾਨੀ ਕਿ ਜਾ ਕੋਈ ਵੀ ਜਾਨਵਰ ਹੈ ਕੋਈ ਵੀ ਚੀਜ਼ ਹੈ ਜਾਨਦਾਰਾਂ ਦੇ ਵਿੱਚੋਂ ਉਹ ਖੁਰਾਕ ਖਾਂਦੀ ਏ ਇਲਾਜ ਖਾ ਕੇ ਰਿੰਦੀ ਦਵਾਈਆਂ ਖਾ ਕੇ ਨਹੀਂ ਜ਼ਿੰਦਾ ਰਿੰਦੀ ਖੁਰਾਕ ਖਾਂਦੀ ਹੈ ਖੁਰਾਕ ਨਾ ਵੱਢੀ ਫੁੱਲਦੀ ਵੱਡੀ ਹੁੰਦੀ ਹੈਗੀ ਤੇ ਦਵਾ ਜਿਹੜੀ ਹੈਗੀ ਦੂਸਰੇ ਨੰਬਰ ਤੇ ਹੈਗੀ ਪਹਿਲੇ ਨੰਬਰ ਤੇ ਹਵਾਨੀ ਗਿਜ਼ਾ ਹੈ ਦੂਸਰੇ ਨੰਬਰ ਤੇ ਨਵਾਦਾਤੀ ਗਿਜ਼ਾ ਹੈ ਤੀਸਰੇ ਨੰਬਰ ਤੇ ਜਮਾਜ਼ਾ ਜਿਵੇਂ ਨਮਕੀਆ ਨਮ ਨਮਕੀਆ ਦਾ ਸੀ استعمال ਕਰਨੇ ਜਾਂ ਸਾਡੇ ਜਿਸਮ ਦਾ ਹਿੱਸਾ ਨੇ ਕਿ ਅਨਾਸਰ ਨੇ ਕਿ ਹੈਵਾਨਾਤ ਪਹਿਲੇ ਗਿਜ਼ਾ ਦੀ ਅਹਿਮੀਅਤ ਦੇ ਯਾਦ ਨਾ ਪਹਿਲੇ ਹਿਵਾਨੀ ਗਿਜ਼ਾ ਦੀ ਅਹਿਮੀਅਤ ਹੈ ਮਾਂ ਜੰਮਦਾ ਬੱਚਾ ਤੇ ਮਾਂ ਦਾ ਦੁੱਧ ਪੀਂਦਾ ਹੈ ਯਾਨੀ ਹਿਵਾਨੀ ਗਿਜ਼ਾ ਹੈ ਠੀਕ ਫਿਰ ਵੱਡਾ ਹੁੰਦਾ ਹੈ ਗਾਂ ਮੈਂਦਾ ਦੁੱਧ ਵੀ ਪੀਂਦਾ ਹੈ ਗੋਸ਼ਤ ਖਾਂਦੇ ਹੈ ਠੀਕ ਫਿਰ ਅਸੀਂ ਅਨਾਜ ਵਾਲੇ ਪਾਸੇ ਆ ਜਣੇ ਜਦੋਂ ਹੋਰ ਵੱਡੇ ਨੇ ਫਿਰ ਅਨਾਜ ਹੁੰਦਾ ਹੈ ਯਾਨੀ ਹਾਜ਼ਮੇ ਦੀ ਤੁਹਾਡੀ ਕਾਫੀਅਤ ਅਹਿਮੀਅਤ ਦੇ ਯਾਦ ਨਾ ਹੈ ਗਿਜ਼ਾ ਹੈ ਕਿਉਂ ਜ਼ਰੂਰੀ ਹੈ ਕਿ ਗਿਜ਼ਾ ਨਾਲ ਤਾਂ ਸਾਡਾ ਜਿਸਮ ਨਸ਼ੁਨਮਾ ਬੋਣਾ ਹੈ بڑا ਹੋਣਾ ਹੈ ਆਪਣੀ ਆਪਣੀ ਇਤਿਹਾਸ ਤੇ ਪਉਣਾ ਜਿਸ ਨੇ ਤੇ ਵੀ ਅੱਲਾ ਨੇ ਜੈਨੇਟਿਕਲੀ ਇਨਸਾਨ ਦੀ ਜਿਸ ਹੁਜਮ ਦੇ ਲਿਆਦ ਨਾਲ ਉਹਨੂੰ ਪਿੱਛੋਂ ਮਾਦਾ ਮਿਲਿਆ ਹੋਵੇਗਾ ਉਸ ਲਿਆਦ ਨਾਲ ਉਹ ਉੱਥੇ ਜਾ ਕੇ ਉੱਥੋਂ ਤੱਕ ਉਹਨੂੰ ਵਧਣਾ ਫੁੱਲਣਾ ਫਿਰ ਉਹਦੀ ਜ਼ਿੰਦਗੀ ਨੂੰ ਬਰਕਰਾਰ ਰੱਖਣ ਵਾਸਤੇ ਜਿਹੜੀ ਕਸ ਗਈ ਹੈਗੀ ਉਹਨੂੰ ਪੂਰਾ ਕਰਨ ਵਾਸਤੇ ਆਪਣੀ ਦੂਸਰੀ ਐਕਟੀਵਿਟੀਆਂ ਜਾਰੀ ਰੱਖਣ ਵਾਸਤੇ ਉਹ ਗਿਜ਼ਾ ਨਹੀਂ ਉੱਥੇ ਖਾਣਾ ਪੂਰੀ ਕਰਨੀ ਦਵਾ ਨਹੀਂ ਕਰਨੀ ਠੀਕ ਦਵਾ ਤੇ ਕਿਤੇ ਬੰਦਾ ਖਰਾਬ ਹੋਇਆ ਬਿਮਾਰ ਹੋਇਆ ਹੈ ਇਆ ਕੋਈ ਹੋਰ ਕੋਈ ਐਸਾ ਆ ਗਈ ਐਮਰਜੈਂਸੀ ਆ ਗਈ ਤਾਂ ਉੱਥੇ ਦਵਾ ਦਾ ਮਦਦ ਲਈ ਆ ਸਕਦੀ ਏ ਔਰ ਲਈ ਜਾਂਦੀ ਏ ਅਸੀਂ ਹਰ ਪਾਸੇ ਜਿਸ ਤਰ੍ਹਾਂ ਗਿذاء ਖਾਣੀ ਉਸ ਤਰ੍ਹਾਂ ਦਵਾਈਆਂ ਖਾਣ ਲੱਗ ਪਏ ਜਿੱਥੇ ਖੁਦਕਾਰ ਨਿਜ਼ਾਮ ਜਿਸ ਨੇ ਕੰਮ ਕਰਨਾ ਦਾ ਉੱਥੇ ਦਵਾਈ ਤੋਂ ਮਦਦ ਲੈ ਲੈਣ ਖੁਦਕਾਰ ਨਿਜ਼ਾਮ ਭੇਜ ਜਾਂਦੇ ਇਮਿਊਨਿਟੀ ਫੋਰਸ ਭੇਜ ਜਾਂਦੀ ਏ ਕੋਰ ਤੇ ਮੁਦਬਰ ਜਿਹੜੀ ਵਾਈਟਲ ਫੋਰਸ ਜਿਹੜੀ ਉਹਨੇ ਭੇਜ ਜਾਂਦੀ ਏ ਕੰਮ ਹੀ ਨਹੀਂ ਕਰਦੀ ਲਿਆਦਾ ਅਸੀਂ ਜਸਮਾਨੀ ਲਿਆਦ ਨਵੀਂ ਕਮਜ਼ੋਰ ਹੁੰਦੇ ਜਾਂਦੇ ਆਂ ਹਣੇ ਇਹ ਸੋਚਾਂ ਵੀ ਜਿਹੜੀਆਂ ਉਹ ਮفقੂਦ ਹੁੰਦੀਆਂ ਯਾਨੀ ਯਾਨੀ ਮਸਬਤ ਅੰਦਾਜ਼ਾਂ ਵਾਲੀਆਂ ਇਜਾਦਾਂ ਵਾਲੀਆਂ ਤਰੱਕੀ ਵਾਲੀਆਂ ਜਾਂ ਅੱਗੇ ਵਧਣ ਵਾਲੀਆਂ ਸੋਚਾਂ ਜਿਹੜੀਆਂ ਨੇ ਉਹ ਸਾਰੀਆਂ ਸਾਡੀਆਂ ਖਤਮ ਅਸੀਂ ਮੁਹਤਾਜ ਦੂਸਰੇ ਦੇ ਜਿਸ ਨਾਲ ਦਵਾਈ ਦੇ ਕੇ ਅਸੀਂ ਜਿਸਮ ਨੂੰ ਖੁਦ ਕਾਰਨਜ਼ਾਮ ਰੋਕ ਦਿੱਤਾ ਇਸ ਤਰ੍ਹਾਂ ਅਸੀਂ ਦੂਸਰੇ ਦੇ ਮੁਹਤਾਜ ਹੋ ਕੇ ਰਹਿ ਗਏ ਦੂਸਰੀਆਂ ਜਿਹੜੀਆਂ ਮਨਫੀ ਸੋਚਾਂ ਨੇ ਸ਼ੈਤਾਨੀ ਕੂਤਾਂ ਨੇ ਗਿਆ ਬਾਤਲ ਕੂਤਾਂ ਨੇ ਜਾਂ ਖੁਦਗਰਜ਼ ਕੂਤਾਂ ਨੇ ਉਮ ਮਲਟੀਨੈਸ਼ਨਲ ਕੰਪਨੀਆਂ ਆ ਜਾਣ ਜਾਂ ਕੋਈ ਹੋਰ ਦੂਸਰੇ ਵੱਡੇ ادارے ਆ ਜਾਣ ਉਹ ਸਾਰੇ ਸਾਡੇ ਕੋਲ ਉਹ ਸੰਦਰਾ ਧਮਕਾ ਕੇ ਇਸ ਤਰ੍ਹਾਂ ਹੀ ਅਸੀਂ ਆਪਣਾ ਮੁਹਤਾਜ ਬਣਾਈ ਫਿਰਦੇ ਸਾਡੀ ਕਮਾਈ ਸਾਡੀਆਂ ਚੀਜ਼ਾਂ ਜਾਂ ਸਾਡਾ ਜਿਹੜਾ ਆਪਣੇ ਮਾਸ਼ਗੀ ਉਹ ਸਾਰੀ ਉਹਨਾਂ ਦੇ ਹਿੱਸੇ ਜਾਂਦੀ ਪਈ ਉਹ ਦਵਾਈਆਂ ਦੇ ਸਿਲਸਿਲੇ ਸਾਰੇ ਕੋ ਸਾਡੇ ਕੋਲ ਠੀਕ ਕਰ ਲੈਂਦੇ ਨੇ ਮਲਟੀਨੈਸ਼ਨਲ ਕੰਪਨੀ ਬਲਕਿ ਇਥੋਂ ਦਾ ਕਰਦੀਆਂ ਕੋ ਪਹਿਲਾਂ ਸਾਨੂੰ ਬਿਮਾਰ ਕਰਨ ਦਾ ਸੋਚਦੀਆਂ ਵੀ ਇਹਨਾਂ ਨੂੰ ਪਸੰਦ ਕਿਹੜੀ ਚੀਜ਼ ਹੈ ਉਹ ਜੀ ਉਹ ਉਹ ਜਿਹੇ ਆਪਣੇ ਬੰਦੇ ਭੇਜ ਕੇ ਉਹ ਪਸੰਦ ਵੇਖ ਕੇ ਉਹ ਚੀਜ਼ਾਂ ਭੇਜਦੇ ਉਹਦੇ ਵਿੱਚ ਉਹੋ ਜੀਆਂ ਚੀਜ਼ਾਂ ਮਸਲੂਹੀ ਪਾ ਕੇ ਬੰਦਿਆਂ ਨੂੰ ਬਿਮਾਰ ਕਰਦੇ ਖੁਦ ਫਿਰ ਉਹ ਦੇਖਦੇ ਨੇ ਜੇ ਖਰਾਬੀ ਆ ਗਈ ਇਦਾਂ ਤੇ ਇਹਨਾਂ ਨੂੰ ਦੇਣਾ ਉਹ ਆਪਣੇ ਔਲਾਦ ਭੇਜਦੇ ਬੀਪੀ ਦਾ ਅਪਰੇਟਰ ਜਿਵੇਂ ਪਰਚੂਨ ਦੀਆਂ ਦੁਕਾਨਾਂ ਤੇ ਸਾਰਦਾ ਲੋਜੀ ਚੈੱਕ ਕਰੋ 슈ਗਰ ਚੈੱਕ ਕਰੋ ਜਿੰਨੇ ਚੈੱਕ ਕਰ ਉਹਨੇ ਵਹਿਮ ਚ ਪਹਿਣਾ ਫਿਰ ਤੈਸਰਾ ਹੋ ਗਿਆ ਕਿਉਂਕਿ ਸਾਡਾ ਖੁਦ ਸੋਚ ਦਾ ਧਾਰਾ ਜਿਹੜਾ ਉਹ ਰਹਿ ਨਹੀਂ ਗਿਆ ਸੀ ਦੂਸਰੇ ਦੇ ਮੁਹਤਾਜ ਹੈ ਦੂਸਰੇ ਦੀ ਸੋਚ ਤੇ ਉੱਥੇ ਹੀ ਕੰਮ ਕਰਨੇ ਪਏ ਜਦੋਂ ਉਸ ਜਿਹੜਾ ਆਲੇ ਨੇ ਹੁਣ ਵਹਿਮ ਪਾ ਦਿੱਤਾ ਉਹਦੇ ਉਹਦੇ ਪਿੱਛੇ ਚਲੇ ਸਾਡੀ ਸ਼ੂਗਰ ਵਧ ਗਈ ਸਾਡਾ ਬਲੱਡ ਪ੍ਰੈਸ਼ਰ ਵਧ ਗਿਆ ਹਾਲਾਂਕਿ ਬਲੱਡ ਪ੍ਰੈਸ਼ਰ ਵਧੇਗਾ ਤੇ ਅਸੀਂ ਕੰਮ ਕਰਾਂਗੇ ਕਿਸੇ ਚੀਜ਼ ਦਾ ਵੀ ਪ੍ਰੈਸ਼ਰ ਹੈ ਤੇ ਉਹਦੇ ਨਾਲ ਉਹ ਐਕਟਿਵ ਹੈਗੀ ਤਾਂ ਹੀ ਸਾਡੇ ਇੱਕ ਮਸਲ ਸਾਡੇ ਇੱਕ ਤਹਿਰੀਕ ਪੈਦਾ ਹੋਈ ਮੈਂ ਮਕਾਨ ਬਣਾਉਣਾ ਹੈ ਜਾਂ ਮੈਂ ਪੜਨਾ ਹੈ ਮੈਂ ਅਫਸਰ ਬਣਨਾ ਹੈ ਉਹ ਜਿਹੜੀ ਤਹਿਰੀਕ ਹੈ ਉਹ ਤੁਹਾਡੇ ਚੋ ਅਰਜੇਗੀ ਜ਼ਰੂਰਤ ਹੈਗੀ ਉਹ ਜ਼ਰੂਰਤ ਨੇ ਵੈਸੇ ਹੀ ਮਸ਼ਹੂਰ ਹੈ ਜ਼ਰੂਰਤ ਹੀ ਜਨਮ ਹੈ ਉਹ ਜ਼ਰੂਰਤ ਤੁਹਾਨੂੰ ਤਰੱਕੀ ਕਰਾਉਂਦੀ ਪਈ ਹੈ ਉਸ ਪਾਸੇ ਕੋਸ਼ਿਸ਼ ਕਰਾਉਂਦੀ ਪਈ ਹੈ ਉਹ ਜ਼ਰੂਰਤ ਨੂੰ ਤੁਸੀਂ ਮੁਹਤਾਜ ਬਣਾਤਾ ਕਿ ਫਲਾਣੇ ਕੋਲੋਂ ਅਸੀਂ ਲੈਣੀ ਹੈ ਫਲਾਣੇ ਕੋਲੋਂ ਕੋਲ ਲੈਣੀ ਖੁਦ ਬਣਾਓ ਖੁਦ ਉਸ ਪਾਸੇ ਨਹੀਂ ਸਾਨੂੰ ਇਸਲਾਮ ਨੇ ਯਸ ਦਿਨਾ ਵੀ ਦੁਨੀਆ ਤੇ ਦੀਨੀ ਆਏ ਨਹੀਂ ਵਈਆਂ ਬਈ ਆਈਏ ਯਾ ਜਿਨਾ ਵੀ ਹੁਨਸਨ ਖੁਦ ਪਹਿਲਾਂ ਤੇ ਖੜਾ ਹੋਣ ਦੀ ਦਿੱਤੀ ਕੋਸ ਜਿਹੜੀ ਗਿਜ਼ਾ ਜਿਹੜੀ ਹੈ ਉਹ ਸਾਡੇ ਆਸਤੇ ਬੜੀ ਜ਼ਰੂਰੀ ਜ਼ਰੂਰੀ ਉਹਦੇ ਨਾਲ ਸਾਡੀਆਂ ਕੂਤਾਵਾਂ ਹੋਣੀਆਂ ਨੇ ਅਸਲ ਕੂਤਾ ਦਵਾਈ ਨਾ ਮਸਨੂਈ ਤੋਰ ਤੇ ਹੋਣੀਆਂ ਨੇ ਗੀਆਂ ਗਿਜ਼ਾ ਨਹੀਂ ਅਸਲ ਸਭ ਕੁਝ ਸਾਡਾ ਮਤਲਬ ਇਲਾਜ ਵੀ ਅਗਰ ਕਰਨਾ ਹੈ ਤੇ ਪਹਿਲੇ ਗਿਜ਼ਾ ਨਾਲ ਪਹਿਲੇ ਗਿਜ਼ਾ ਨਾਲ ਕੋਈ ਗਿਜ਼ਾ ਦੀ ਕਮੀ ਆਈਏ ਕਿਸੇ ਜੁਜ਼ ਦੀ ਕਮੀ ਆਈ ਗਿਜ਼ਾਈ ਦੀ ਤੇ ਉਹ ਸਾਡੇ ਜਿਸਮ ਉਹ ਤਾਂ ਹੀ ਸਸੇ ਬਿਮਾਰ ਹੈ ਸਾਡਾ ਉਜ਼ੂਬ ਖਰਾਬ ਹੋਇਆ ਇਹਨਾਂ ਬੰਦ